पर गल मैं होशो हवास च कहना कि सिर्फ मिति लागू होंगी भी ना मेरा किसी ने कोई लेना देना कि मैंने किसी ने कहा कहते यार भी स्क्रिप्ट तुम लिख के नहीं देंगे राइटर पहला ताही करके हॉलीवुड वाले टॉम हैंक्स करके हट के पैदा नहीं होंगे पंजाबी मैं यार देखो मैं ये तो नहीं कहता भी गल तो थोड़ी ठीक है पर तुम चल जी देखियो जयहो जा कुलविंदर बिल्ले बाई ने यह फिल्म परफॉर्म किया या जसवीरे ने परफॉर्म किया अदिति जी नीरू जी है ना गुगी भाजी सीनियर ने पर इतने उन्होंने भी डिफरेंट किया योजा थोड़ा उन्होंने किसी और फिल्म नहीं लगेगा फिर तुम हम बिला जी की कहोगे यो फिल्म जितने तुम स्क्रिप्ट नहीं मिली क्योंकि जो जिन्ना वधिया लिटरली चल मैं मूंह ते भी कह देना पर जदों मैं तैनूं पहली बारी मिलिया पहली बार मिलने वे मैंने ऐसे ही ठीक है बंदा पर 10-15 दिन बाद मिल गया बंदा ठीक नहीं है गया मैं नहीं इतना फिल्म कर सकता मैंने ऐसे भी इतना लड़ाई होगी मेरी जा ये मेरे लाऊ जा मैं ये लाऊंगा दो ये मेरे लाऊ चार को मैं लाऊंगा तार बता दे ना तो पर लगता नहीं सीगा पर जिन्ना वधिया काम होया जब भी जग्गी सच्ची गल कहना भी अपने आप नूं मैं जदों भी किसी होर नाल भी गल करदा यार भी मैं अपनी किसी बंदे नूं फिल्म दिखाउणी होवे अज तों पहलां तिन्नियां फिल्म आईयां ने मैनूं 4-5 फिल्म आईयां ने मैं उह आप नहीं करे दुबारे देखी फिल्म कदे मेरा हौसला ही नहीं पिया मैनूं आपदे आप नूं लगदे नहीं मैं यार भी मैं फिल्म दे विच इह फिल्मां जिहड़ियां कीतियां ने इहदे विच मैं आपदे आप नूं जे कहना भी 100 दे विचों 70 नंबर ला लो जां कोई नंबर देणे होण तां मैनूं लगदा नहीं हजे भी मैं उहदे नेड़े चणे सच्ची गल कहना बहुत इक दो फिल्मां हैगीआं ने चलो चंगी कमाई भी कीती उहनां ने पर ये जी चल जी है मैं सचियों दिल तो आपदे कहना भी मैं इस फिल्म एज ए एक्टर भी मैं लगता भी यही फिल्म है जिद मैं अपने आप को सैटिस्फैक्शन मानता भी ये मेरी सैटिस्फैक्शन है अपना ना कोई जिम्मे हम जिदा का शो का ना थोड़ी जी गल करते हैं जी स्क्रिप्ट तो बहर होगी कि थोनू जो फस्ट टाइम तुम एज ए प्रोड्यूसर स्क्रिप्ट सुनी होनी मेरे ख्याल से पहली बार कि मैंने फिल्म प्रोड्यूस करनी चाहिए या नहीं चाहिए फिर जो ਤੁਸੀਂ ਉਹ 'ਚ ਐਕਟਰ ਵੀ ਆਏ ਹੋ ਨਾ ਮੇਰੇ ਲਈ ਮੈਂ ਤਾਂ ਚੱਲ ਰਾਈਟਰ ਸੀ ਮਤਲਬ ਉੱਦਾਂ ਹੀ ਲਿਖਣੀ ਸੀ ਫਿਲਮ ਬਿਨਾਂ ਮਾਪ ਤੋਲ ਦੇ ਵੀ ਇਹਦਾ ਕਰੈਕਟਰ ਵੱਡਾ ਹੋਊਗਾ ਇਹਦਾ ਛੋਟਾ ਹੋਊਗਾ ਮੈਂ ਤਾਂ ਸੋਚ ਨਹੀਂ ਸੀ ਸਕਦਾ ਤੁਹਾਨੂੰ ਕਦੇ ਤੁਹਾਡੇ ਮਨ 'ਚ ਇਹ ਗੱਲ ਆਈ ਹੈ ਕਿ ਯਾਰ ਤੇਜ਼ੀ ਜੋ ਬਿੱਲੇ ਨੇ ਤੇਜ਼ੀ ਕੀਤਾ ਕੁਲਵਿੰਦਰ ਐਜ਼ ਏ ਕੁਲਵਿੰਦਰ ਬਿੱਲਾ ਜੋ ਮੈਂ ਤੇਜ਼ੀ ਦਾ ਕਰੈਕਟਰ ਕੀਤਾ ਮੇਰੇ ਵਾਸਤੇ ਇਹੀ ਸੀ ਜਾਂ ਤੁਹਾਨੂੰ ਕਦੇ ਲੱਗਿਆ ਕਿ ਨਹੀਂ ਯਾਰ ਮੈਨੂੰ ਘੁੱਗੀ ਭਾਜੀ ਵਾਲਾ ਜਾਂ ਮੈਨੂੰ ਜਸ ਬਾਜਵੇ ਵਾਲਾ ਜਾਂ ਕੋਈ ਹੋਰ ਵੀ ਮੈਨੂੰ ਉਹ ਕਰੈਕਟਰ ਕਰਨਾ ਚਾਹੀਦਾ ਸੀਗਾ ਮੈਨੂੰ ਤੇਜ਼ੀ ਦਾ ਮੈਂ ਗਲਤ ਕਰ ਲਿਆ ਜਾਂ ਤੁਸੀਂ ਤੁਹਾਨੂੰ ਇਹ ਲੱਗਦਾ ਕਿ ਨਹੀਂ ਸਹੀ ਕਾਸਟ ਹੋਈ ਹਾਂ ਬਿਲਕੁਲ ਬਹੁਤ ਵਧੀਆ ਕੁਐਸਚਨ ਹੈ ਬਹੁਤ ਵਧੀਆ ਕਿਉਂਕਿ ਜਿੰਨੇ ਵੀ ਫਿਲਮ ਦੇ ਵਿੱਚ ਆਪਣੀ ਫਿਲਮ ਦੇ ਵਿੱਚ ਕਰੈਕਟਰ ਸੀਗੇ ਜਿਵੇਂ ਖਾਸ ਕਰਕੇ ਚਲੋ ਆਪਾਂ ਉਹਨਾਂ ਦੀ ਗੱਲ ਕਰੀਏ ਜਸ ਬਾਜਵੇ ਵਾਲਾ ਅਤੇ ਘੁੱਗੀ ਭਾਜੀ ਵਾਲਾ ਅਤੇ ਘੁੱਗੀ ਭਾਜੀ ਵਾਲਾ ਤਾਂ ਨੋ ਡਾਊਟ ਇੱਕ ਓਲਡ ਮੈਨ ਸੀਗੇ ਅਤੇ ਨਾ ਹੀ ਘੁੱਗੀ ਭਾਜੀ ਦਾ ਕੋਈ ਤੋੜ ਹੈ ਅਤੇ ਨਾ ਹੀ ਉਹਨਾਂ ਵਰਗਾ ਆਪਾਂ ਕਦੇ ਕਰ ਸਕਦੇ ਵੀ ਮੈਂ ਉਹਨਾਂ ਤੋਂ ਬੈਟਰ ਕਰ ਸਕਦਾ ਇਹ ਹੋ ਵੀ ਨਹੀਂ ਸਕਦਾ ਕਦੇ ਮੈਂ ਸੋਚੂੰਗਾ ਜੇ ਮੈਂ ਇਹਦੇ ਜਸ ਬਾਜਵੇ ਵਾਲੇ ਕਰੈਕਟਰ ਦੀ ਗੱਲ ਕਰਾਂ ਜਸ ਬਾਜਵਾ ਹੀ ਉਹ ਕਰੈਕਟਰ ਲਈ ਬਣਿਆ ਸੀਗਾ ਸੱਚੀ ਗੱਲ ਕਿਉਂਕਿ ਜਿੱਦਾਂ ਦਾ ਉਹ ਬੋਲਦਾ ਜਿੱਦਾਂ ਦਾ ਹੈਗਾ ਉੱਦਾਂ ਦਾ ਹੀ ਉਹ ਫਿਲਮ ਦੇ ਵਿੱਚ ਹੈਗਾ ਅਤੇ ਬਾਕੀ ਜਿਹੜਾ ਮੇਰਾ ਕਰੈਕਟਰ ਸੀ ਉਹ ਮੇਰੇ ਲਈ ਚੈਲੰਜ ਵਾਲਾ ਕੰਮ ਸੀਗਾ ਮੈਂ ਤੇਰੇ ਯਾਦ ਹੋਵੇ ਕਹਿਣਾ ਤੁਸੀਂ ਕਿਹਾ ਵੀ ਜਿਵੇਂ ਜਿਵੇਂ ਆ ਇੱਕ ਤੁਹਾਨੂੰ ਇੱਕ ਡਾਇਲੋਗ ਦਿੰਦੇ ਹਾਂ ਵੀ ਇੱਕ ਮੈਨੂੰ ਡਾਇਲੋਗ ਦਿੱਤਾ ਸੀ ਇੱਕ ਉਹਨੂੰ ਜਸਬਾਜ ਮੈਨੂੰ ਦਿੱਤਾ ਸੀ ਉਸ ਵੀ ਤੁਸੀਂ ਆਪਣੇ ਤਰੀਕੇ ਨਾਲ ਕਰਕੇ ਦਿਖਾਓ ਪਰ ਜਿਉਂ ਮੈਂ ਆਪਣੇ ਤਰੀਕੇ ਨਾਲ ਕਰਿਆ ਤਾਂ ਉਹ ਬਿਲਕੁਲ ਉਹ ਕਰੈਕਟਰ ਦੇ ਮੈਚ ਨਹੀਂ ਸੀ ਕਰਦਾ ਮੈਨੂੰ ਲੱਗਦਾ ਸੀਗਾ ਵੀ ਯਾਰ ਵੀ ਔਖਾ ਕੰਮ ਹੈ ਤਾਂ ਵੀ ਇਹੋ ਜਿਹਾ ਤਾਂ ਹੈ ਹੀ ਨਹੀਂ ਵੀ ਮੈਂ ਇੰਨਾ ਹਾਜ਼ਰ ਜਵਾਬ ਹੋਵਾਂ ਵੀ ਹਰ ਗੱਲ ਨੂੰ ਟੋਕਣਾ ਹੀ ਨਹੀਂ ਆਪਦੀ ਗੱਲ ਪਹਿਲਾਂ ਰੱਖਾਂ ਪਰ ਜਿੰਨਾ ਇਹ ਹੋਇਆ
ਇਹ ਮੇਰੇ ਲਈ ਚੈਲੇਂਜ ਵਾਲਾ ਕੰਮ ਹੈ। ਮੇਰੇ ਜਿਹੜਾ ਕਰੈਕਟਰ ਸੀ ਇਹਦੇ ਵਿੱਚ ਸ਼ੇਡ ਸੀਗੇ, ਇਹਦੇ ਵਿੱਚ ਇੱਕ ਰੋਮੈਂਟਿਕ ਵੀ ਸੀਗਾ ਮੈਂ, ਬਿਲਕੁਲ ਠੀਕ ਹੈ, ਅਤੇ ਇੱਕ ਮੈਂ ਪੂਰਾ ਇੱਕ ਚੁਲਬੁਲਾ ਪੂਰੀ ਗੱਲ ਤੋੜ ਕੇ ਉਹ ਕਰਨਾ, ਹਾਸੇ ਮਜ਼ਾਕ ਵਾਲਾ ਵੀ ਸੀਗਾ, ਅਤੇ ਇੱਕ ਮੈਂ ਇਹਦੇ ਵਿੱਚ ਕਹਿ ਸਕਦਾ ਵੀ ਇੱਕ ਸੈਡ ਕਰੈਕਟਰ ਵੀ ਸੀਗਾ, ਇੱਕ ਦੁਕਾਨ 'ਤੇ ਵਾਲੀ ਵੀ ਮੇਰੇ ਆਉਂਦੇ। ਪਰ ਜੋ ਇਹ ਫਿਲਮ ਦੇ ਵਿੱਚ ਹੋਇਆ, ਜਿਹੜੇ ਕਈ ਡਾਇਲੋਗ ਨੇ ਇਹਦੇ ਵਿੱਚ, ਉਹ ਕਹਿੰਦੇ ਵੀ ਹਾਂ ਆਪਾਂ ਚੱਕਣਾ, ਹਾਂ ਕਾਹਨੂੰ ਚੱਕਣਾ ਸੀ, ਕੌਣ ਚੱਕਣਾ, ਉਹ ਕੋਈ ਆਪਣੇ ਉਹ ਤਾਂ ਹੈ ਨਹੀਂ ਸੀਗੇ, ਉਹ ਮੇਰੀ ਮੜ ਕੇ ਮੈਂ ਆਪਣੇ ਥੋੜ੍ਹਾ ਤਰੀਫ਼ ਕਰ ਲਾ ਉਹ ਦੱਸਦੇ। ਪਰ ਮੈਂ ਤੁਹਾਡੀ ਨਾ ਤੁਹਾਡੀ ਖਾਸ ਗੱਲ ਪਤਾ ਕੀ ਲੱਗੀ, ਕਿੰਨੇ ਡਾਇਲੋਗ ਜਿਹੜੇ ਮੈਂ ਕੈਮਰੇ ਦੇ ਪਿੱਛੇ ਖੜ ਕੇ ਬੋਲਿਆ ਵੀ ਬਾਈ ਬੋਲੀ ਚੱਲੋ ਮਗਰ ਮਗਰ, ਨਾ ਸਕ੍ਰਿਪਟ ਆ ਮੈਂ ਬੋਲੀ ਜਾਂਦਾ ਤੁਸੀਂ ਬੋਲਿਆ, ਤੁਸੀਂ ਨਾਲ ਦੀ ਨਾਲ ਉਹ ਤੁਹਾਨੂੰ ਪਤਾ ਵੀ ਨਹੀਂ ਚੱਲੀ ਲੈਣਾ ਕੀ ਬੋਲੂ ਕੀ ਤੁਸੀਂ ਨਾਲ ਦੀ ਨਾਲ। ਪਰ ਮੈਂ ਆ ਕੇ ਸੱਚ ਦੱਸਾਂ, ਐਜ਼ ਏ ਰਾਈਟਰ ਮੈਂ ਬਹੁਤ ਕਨਫਿਊਜ਼ ਰਿਹਾ ਜਸ ਵੀਰੇ ਵਾਲੇ ਕਰੈਕਟਰ 'ਚ ਤੁਹਾਡੇ 'ਚ ਕਿ ਯਾਰ ਆਹ ਕਰੈਕਟਰ 'ਚ ਕੁਲਵਿੰਦਰ ਬਿੱਲਾ ਬਾਈ ਵਧੀਆ ਕਰੂਗਾ ਕਿ ਜਸ ਬਾਈ ਵਧੀਆ ਕਰੂਗਾ, ਵੀ ਪਤਾ ਨਹੀਂ ਕੌਣ ਵਧੀਆ ਕਰੂ, ਮੈਂ ਬਹੁਤ ਕਨਫਿਊਜ਼ ਹੀ ਰਿਹਾ ਐਂਡ ਤੱਕ। ਪਰ ਜਦੋਂ ਕਿਉਂਕਿ ਮੈਨੂੰ ਇਹ ਸੀਗਾ ਕਿ ਯਾਰ ਜਿਹੜਾ ਤੇਜ਼ੀ ਵਾਲਾ ਕਰੈਕਟਰ ਆ, ਦੇਖੋ ਜੋ ਮਰਜ਼ੀ ਆ ਜਸ ਵੀਰੇ ਨੂੰ ਤਾਂ ਇੱਕ ਥਾਂ 'ਤੇ ਆਪਾਂ ਬੰਨ ਦੇਣਾ ਵੀ ਇੱਥੇ ਤੁਰਿਆ ਚੱਲ, ਬਾਕੀ ਸਾਰੇ ਕਰੈਕਟਰ ਇੱਕੋ ਹੀ ਕਰੈਕਟਰ ਆਪਣੇ ਕੋਲ ਜਿਹੜਾ ਖੁੱਲ੍ਹਾ, ਜਾਂ ਤਾਂ ਇਹ ਬੰਦਾ ਸੰਭਾਲ ਲਊ ਜਾਂ ਨਹੀਂ ਸੰਭਾਲ ਦੂ। ਦੂਜੇ ਤਰਫ ਨਾਲ ਜੇ ਆਪਾਂ ਫਿਲਮ ਦੇ ਹਿਸਾਬ ਨਾਲ ਸੋਚੀਏ ਤਾਂ ਨੈਚੁਰਲੀ ਗੱਲ ਆ, ਤੁਹਾਨੂੰ ਇਹ ਲੱਗ ਸਕਦਾ ਸੀ ਯਾਰ ਜਸ ਬਾਜਵੇ ਨਾਲ ਇਮੋਸ਼ਨ ਜ਼ਿਆਦਾ ਜੁੜਨਗੇ, ਮੇਰੇ ਨਾਲ ਪਤਾ ਨਹੀਂ ਜੁੜਨਗੇ ਕਿ ਨਹੀਂ ਜੁੜਨਗੇ। ਪਰ ਜਦੋਂ ਮੈਂ ਫਿਲਮ ਦੇਖੀ ਉਦੋਂ ਮੈਨੂੰ ਲੱਗਿਆ ਕਿ ਨਹੀਂ ਯਾਰ ਬਹੁਤ ਸਹੀ ਕਾਸਟਿੰਗ ਹੋਈ ਹੈ। ਅਤੇ ਦੂਜੀ ਵੱਡੀ ਗੱਲ ਕਿ ਮੇਰੇ ਦਿਮਾਗ 'ਚ ਇੱਕ ਚੀਜ਼ ਹੋਰ ਆਉਂਦੀ ਹੁੰਦੀ ਆ ਕਿ ਤੁਹਾਨੂੰ ਕਦੇ ਇਹ ਲੱਗਾ, ਮਤਲਬ ਇਹ ਫਿਲਮ ਸ਼ੂਟਿੰਗ ਦੇ ਦੌਰਾਨ ਜਾਂ ਆਫਟਰ ਸ਼ੂਟਿੰਗ ਜਦੋਂ ਤੁਸੀਂ ਪਹਿਲੀ ਵਾਰੀ ਫਿਲਮ ਦੇਖੀ ਹੋਣੀ ਆ ਕਿ ਯਾਰ ਇਹ ਫਿਲਮ ਦਾ ਜਿਹੜਾ ਕਲਾਈਮੈਕਸ ਆ ਬੜਾ ਸਟਲ ਜਿਹਾ ਐਂਡ ਆ, ਪਤਾ ਨਹੀਂ ਕੀ ਆ ਇਹ ਕਿੱਦਾਂ ਦਾ ਐਂਡ ਆ ਇਹ, ਤੁਹਾਨੂੰ ਕਦੇ ਡਾਊਟ ਲੱਗਾ ਯਾਰ ਇਹ ਨਹੀਂ ਕਰਨਾ ਚਾਹੀਦਾ, ਯਾਰ ਪੰਗਾ ਲੈ ਲਿਆ ਰਿਸਕ ਆ, ਜਾਂ ਤੁਹਾਨੂੰ ਲੱਗਾ ਕਿ ਨਹੀਂ ਇਹ ਜੋ ਕਰ ਰਿਹਾ ਵੱਖਰਾ ਪਰ ਠੀਕ ਆ? ਸ਼ਾਇਦ ਤੈਨੂੰ ਆਪਣੀ ਕਈ ਵਾਰੀ ਪਹਿਲਾਂ ਵੀ ਡਿਸਕਸ਼ਨ ਹੋਈ ਆ ਜਦੋਂ ਆਪਾਂ ਫਿਲਮ ਦੀ ਸਟੋਰੀ 'ਤੇ ਕੰਮ ਕਰਦੇ ਸੀਗੇ, ਹਰਦੀਪ ਸੀ ਆਪਣੇ ਨਾਲ, ਉਹ ਤਾਂ ਐਂਡ ਤੱਕ ਹੀ ਰਿਹਾ ਭਾਅ ਜੀ ਵਾਹ ਬਾਈ ਯਾਰ ਹੈਪੀ ਐਂਡਿੰਗ ਚਾਹੀਦੀ, ਹੈਪੀ ਐਂਡਿੰਗ ਚਾਹੀਦੀ। ਪਰ ਮੈਂ ਸ਼ੁਰੂ ਤੋਂ ਮੈਂ ਅਤੇ ਹੈਰੀ ਬਾਈ ਸ਼ੁਰੂ ਤੋਂ ਟੱਲ ਸੀਗੇ ਵੀ ਜੋ ਇਹ ਹੈ ਇਹਦਾ ਐਂਡ ਇੱਦਾਂ ਹੀ ਕਰਾਂਗੇ, ਕਿਉਂਕਿ ਜਦੋਂ ਕੋਈ ਥੀਏਟਰ ਦੇ ਵਿੱਚੋਂ ਫਿਲਮ ਦੇਖ ਕੇ ਜਾਂਦਾ ਤਾਂ ਉਹ ਫਿਲਮ ਉਹਦੇ 'ਤੇ ਅਸਰ ਕਰਨੀ ਚਾਹੀਦੀ ਹੈ, ਅਸਰ ਰਹੇ ਯਾਰ ਵੀ ਐਂ ਕਿਉਂ ਹੋਇਆ। ਮੇਰੇ ਇੱਕ ਆਪਾਂ ਰੈਫਰੈਂਸ ਨਹੀਂ ਦਿੰਦੇ ਸੀ ਕਿ ਫਿਲਮ ਆਈ ਸੀਗੀ ਸਲਮਾਨ ਖਾਨ ਦੀ ਤੇਰੇ ਨਾਮ, ਹੈ ਨਾ, ਉਹਦਾ ਜਿਹੜਾ ਐਂਡ ਸੀ, ਮੈਂ ਉਦੋਂ ਕਾਲਜ ਪੜ੍ਹਦਾ ਹੁੰਦਾ ਸੀ, ਮੈਨੂੰ ਐਂ ਲੱਗਦਾ ਹੁੰਦਾ ਸੀ ਮੈਨੂੰ ਕਈ ਦਿਨ, ਮੈਂ ਸੋਚੀ ਮੈਨੂੰ ਭੁੱਖ ਲੱਗਣ ਅੜ ਗਈ ਯਾਰ ਵੀ ਐਂ ਕਿਉਂ ਹੋਇਆ ਯਾਰ, ਉਹਨੂੰ ਪਤਾ ਲੱਗ ਜਾਂਦਾ ਵੀ ਉਹ ਤਾਂ ਸਹੀ ਹੋਇਆ ਹੋਇਆ, ਉੱਦਾਂ ਕਰਕੇ ਮੈਨੂੰ ਤਾਂ ਮੈਂ ਤਾਂ ਸ਼ੁਰੂ ਤੋਂ ਟੱਲ ਸੀ ਯਾਰ ਵੀ ਜੱਗੀ ਜਿਹੜਾ ਤੂੰ ਐਂਡ ਇਹ ਲਿਖਿਆ ਆਪਾਂ ਇਸ ਐਂਡ ਦੇ ਉੱਤੇ ਜਾਵਾਂ। ਤੁਹਾਨੂੰ ਐਜ਼ ਏ ਰਾਈਟਰ ਕਦੇ ਡਾਊਟ ਰਿਹਾ ਯਾਰ ਕੁਛ ਗਲਤ ਹੋ ਰਿਹਾ? ਨਹੀਂ ਮੈਨੂੰ ਤਾਂ ਸ਼ੁਰੂ ਤੋਂ ਹੀ ਸੀ, ਨਹੀਂ ਚੱਲ ਰਹੀ ਸੀ, ਨਹੀਂ ਮੈਂ ਫਿਲਮ ਚੱਲ ਰਹੀ ਸੀ ਯਾਰ ਵੀ ਇਹ ਕੁਛ ਗਲਤ ਲਿਖ ਰਿਹਾ ਜਾਂ ਵੀ ਨਹੀਂ, ਦੇਖੋ ਦੇਖੋ ਚੱਲਦੀ ਫਿਲਮ 'ਚ, ਕਿਉਂਕਿ ਉਦੋਂ ਤੁਹਾਨੂੰ ਦੱਸਣਾ ਆਪਣੀ ਥੋੜ੍ਹੀ ਦੋਸਤੀ ਹੋ ਗਈ ਸੀ, ਪਹਿਲਾਂ ਤਾਂ ਆਪਣੀ ਦੇਖੋ ਲੜਾਈ ਸੀ, ਪਹਿਲਾਂ ਤਾਂ ਆਪਾਂ ਜਾਣ ਦੇ ਨਹੀਂ ਸਕਦੇ ਦੂਜੇ ਨੂੰ, ਫਿਰ ਆਪਾਂ ਥੋੜ੍ਹਾ ਜਾਣਨ ਲੱਗੇ, ਜਾਣੇ ਤਾਂ ਆਪਾਂ ਪੁੱਠੇ ਢੰਗ ਨਾਲ ਵੀ ਯਾਰ ਇਹ ਬੰਦੇ ਨਾਲ ਫਿਲਮ ਨਹੀਂ ਕਰਨੀ, ਇਹ ਗਲਤ ਹੋ ਗਿਆ ਡਿਸੀਜ਼ਨ, ਅਸੀਂ ਤਾਂ ਗਲਤ, ਮਤਲਬ ਇਹ ਵੇਖ ਕਿੱਡੀ ਗੱਲ ਆ, ਸਾਨੂੰ ਫਿਲਮ ਫਾਈਨਲ ਕਰਕੇ ਸ਼ੂਟਿੰਗ ਤੱਕ ਇਹ ਲੱਗਦਾ ਰਿਹਾ ਵੀ ਅਸੀਂ ਦੋਨੇ ਇੱਕ ਦੂਜੇ ਵਾਸਤੇ ਗਲਤ ਆ, ਪਰ ਫਿਲਮ 'ਚ ਆਪਣੀ ਠੀਕ ਠਾਕ ਬਣਨ ਲੱਗ ਗਈ ਸੀ। ਠੀਕ ਠਾਕ ਮੈਂ ਫਿਰ ਮੈਂ ਛੱਡਤਾ ਹੀ ਖੁੱਲ੍ਹ, ਮੈਂ ਕੋਈ ਨਹੀਂ ਲਾਉਣਾ ਯਾਰ, ਤੁਹਾਨੂੰ ਲੱਗਦਾ ਵੀ ਠੀਕ ਠੀਕ ਹੋ ਗਿਆ ਕੰਮ? ਹਾਂ ਠੀਕ ਹੋ ਰਿਹਾ ਵਧੀਆ, ਜਿਵੇਂ ਅਵੀਰਾ ਇੱਥੇ ਗੱਲਾਂ ਨਹੀਂ, ਚੱਲ ਇੱਕ ਮੈਂ ਵੈਸੇ ਉਹ ਇੱਕ ਤਾਂ ਹੋਰ ਤਰੀਕੇ ਵਾਲੀ ਗੱਲ ਆ ਗਈ ਨਾ, ਹੁਣ ਮੈਂ ਵਿੱਚ ਗੱਲ ਉਹ ਕਰਦਾ, ਇੱਕ ਚਲੋ ਹਰ ਬੰਦੇ ਦੇ ਫਾਈਨੈਂਸ਼ੀਅਲ ਵੀ ਚੀਜ਼ਾਂ ਹੁੰਦੀਆਂ ਨੇ, ਹੈ ਨਾ, ਜਦੋਂ ਤੂੰ ਮੈਂ ਫਿਲਮ ਸੁਣਾਉਣ ਆਇਆ ਸੀ ਮੈਨੂੰ, ਹੈ ਨਾ, ਉਹ ਤੇਰੇ ਉਸ ਟਾਈਮ ਦੇ ਸੱਚੀ ਦੱਸੀ ਵੀ ਐਵੇਂ ਲੱਗਿਆ ਸੀ ਯਾਰ ਵੀ ਇਹ ਜਿਹੜੀ ਫਿਲਮ ਹੈ ਯਾਰ ਵੀ ਇਹਦੇ 'ਚ ਬਿੱਲਾ ਉਹ ਕੰਮ, ਪਿਛਲੀਆਂ ਫਿਲਮਾਂ ਵੀ ਦੇਖੀ ਹੋਣੀਆਂ ਵੀ ਉਹ ਕੁਛ ਕਰ ਪਾਊਗਾ, ਤੈਨੂੰ ਕਿੰਨਾ ਟਾਈਮ ਡਾਊਟ ਰਿਹਾ? ਜਸਟ ਇੱਕ ਤੁਹਾਡੀ ਪਿਛਲੀ ਕਿੰਨਾ ਟਾਈਮ ਡਾਊਟ ਰਿਹਾ? ਜਸਟ ਤੁਹਾਡੀ ਪਿਛਲੀ ਫਿਲਮ ਦੇਖ ਕੇ ਕਿਹੜੀ? ਹੁਣ ਆਪਾਂ ਕਿਉਂ ਨਾ ਲੈਣਾ, ਲੜਾਓਗੇ ਕਿਸੇ ਨਾਲ ਮੈਨੂੰ ਜਿਹੜੀ ਨਾ ਆਪ ਵੀ ਨਾ ਲਿਓ ਤੁਸੀਂ? ਅੱਛਾ ਠੀਕ ਹੈ, ਤੁਸੀਂ ਜਦੋਂ ਇਹ ਫਿਲਮ ਲਈ ਐਗਰੀ ਕੀਤੇ, ਹਾਲਾਂਕਿ ਸੁਣਾਈ ਤਾਂ ਮੈਂ ਇਹ ਸੋਚ ਕੇ ਸੀ ਵੀ ਤੁਸੀਂ ਮਨਾ ਹੀ ਕਰੋਗੇ ਵੀ ਨਹੀਂ ਯਾਰ, ਜੇ ਤੁਸੀਂ ਫਿਲਮ ਨੂੰ ਐਗਰੀ ਕੀਤੇ ਮੈਂ ਕਿਹਾ ਯਾਰ ਦੇਖ ਵੀ ਜੇ ਬੰਦੇ ਨੇ ਐਗਰੀ ਕੀਤਾ ਤਾਂ ਫਿਲਮ ਤਾਂ ਲੱਗ ਜੂ, ਤਾਂ ਮੈਂ ਔਰ ਸੁਖਜੀਤ ਨੂੰ ਅੱਗੇ ਲਾਕੀ ਸੀ, ਮੈਂ ਕਿਹਾ ਯਾਰ ਫਿਲਮ ਤਾਂ ਬਾਈ ਨੇ ਕਰ ਲਈ ਐਗਰੀ, ਇੱਥੋਂ ਤੱਕ ਤਾਂ ਠੀਕ ਆ ਵਧੀਆ ਗੱਲ, ਮੈਂ ਕਿਹਾ ਮੈਂ ਬੰਦੇ ਨੂੰ ਜਾਣਦਾ ਨਹੀਂ, ਮੈਂ ਕਿਹਾ ਮੇਰਾ ਆਪਣਾ ਤਰੀਕਾ ਫਿਲਮ ਕਰਨ ਦਾ ਇਹ ਕਿ ਜੋ ਲਿਖਿਆ ਜਾਂ ਜਿਵੇਂ ਲਿਖਿਆ ਉਹ ਬੰਦਾ ਉਸ ਚੀਜ਼ ਨੂੰ ਸਮਝੇ ਤੇ ਉਵੇਂ ਕਰੇ, ਕਈ ਹੁੰਦਾ ਕਿ ਸਟਾਰਡਮ ਹੀ ਨਹੀਂ ਉਤਰਦਾ ਬਾਈ, ਆਪਾਂ ਦਿਮਾਗ 'ਚ ਐਜ਼ ਏ ਕੁਲਵਿੰਦਰ ਬਿੱਲਾ ਸਟਾਰ ਹੀ ਦੇਖੀ ਜਾਂਦੇ ਨੇ, ਮੈਨੂੰ ਸਿਰਫ ਉਹ ਡਾਊਟ ਸੀ ਵੀ ਗੱਲ ਮੰਨੋਗੇ ਕਿ ਨਹੀਂ ਮੰਨੋਗੇ, ਤੇ ਪਰ ਮੈਨੂੰ ਤੁਸੀਂ ਕੀਤਾ ਹੈਰਾਨ, ਫਿਰ ਮੰਨੀ ਮੈਂ ਤੇਰੀ ਗੱਲ ਕਿ ਨਹੀਂ? ਮੈਨੂੰ ਤਾਂ ਲੱਗਦਾ ਸਾਰੀਆਂ ਮੰਨੀਆਂ ਬਾਈ, ਮੈਂ ਤਾਂ ਤੁਹਾਨੂੰ ਕਹਿੰਦਾ ਇੱਥੋਂ ਤੱਕ ਮੰਨਿਆ ਕਿ ਕੈਮਰੇ ਪੂਰੇ ਤੁਸੀਂ, ਮੈਂ ਐਕਸ਼ਨ ਬੋਲਿਆ ਉਹਦੇ ਨੇ, ਤੁਸੀਂ ਬੋਲ ਰਹੇ ਹੋ ਡਾਇਲੋਗ ਤੇ ਪਿੱਛੋਂ ਮੈਂ ਲਾਈਨ ਬੋਲਤੀ ਤੇ ਤੁਸੀਂ ਨਾਲ ਹੀ ਨਾਲ ਬੋਲਤੀ। ਮੈਂ ਇੱਕ ਹੋਰ ਜਗਰੀ ਵੀ ਤੇਰੀ, ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ, ਚਲੋ ਸਕ੍ਰਿਪਟ ਦੇ ਤੌਰ 'ਤੇ ਤਾਂ ਹਮੇਸ਼ਾ ਆਪਾਂ ਨੂੰ ਇਹ ਹੁੰਦਾ ਵੀ ਮੈਂ ਕਈਆਂ ਨੂੰ ਮਾੜੀ ਜਿਹੀ ਗੱਲ ਹੁੰਦੀ, ਜਿਵੇਂ ਆਪਾਂ ਘੁੱਗੀ ਭਾਅ ਜੀ ਵਰਗੇ ਨੂੰ ਦੇਖਦੇ, ਕਈ ਦੇਖਦੇ ਮਾੜੀ ਇੱਕ ਵਾਰੀ
ਤੁਸੀਂ ਆਪਣੇ ਤਰੀਕੇ ਨਾਲ ਕਿਹਾ ਵੀ ਹੈ ਪਰ ਉਹ ਨੈਚੁਰਲਿਟੀ ਦੇਖੋ ਤੁਹਾਨੂੰ ਖੁਦ ਮੈਨੂੰ ਆ ਨਾ ਜਦੋਂ ਫਿਲਮ ਮੈਂ ਦੇਖਦਾ ਸੀਗਾ ਜਿੰਨੇ ਵਾਰੀ ਵੀ ਫਿਲਮ ਦੇਖੀ ਹੈ ਨਾ ਮੈਂ ਸੱਚੀ ਲਿਟ ਬਾਈ ਗੌਡ ਮੈਨੂੰ ਐਂ ਲੱਗਦਾ ਸੀ ਮੈਂ ਕੁਲਵਿੰਦਰ ਬਿੱਲਾ ਨਹੀਂ ਇਹ ਤੇਜ਼ੀ ਕੋਈ ਬੰਦੇ ਨੂੰ ਦੇਖੀ ਜਾਂਦਾ ਮੈਂ ਹਮੇਸ਼ਾ ਮੈਨੂੰ ਐਂ ਲੱਗਿਆ ਜਦੋਂ ਵੀ ਫਿਲਮ ਦੇਖੀ ਹੈ ਤੁਹਾਨੂੰ ਕਦੇ ਜੈਲਸੀ ਹੋਈ ਹੈ ਕਿਸੇ ਦੂਜੇ ਐਕਟਰ ਤੋਂ ਇਸ ਫਿਲਮ 'ਚ ਹਾਂ ਵੀ ਆਹ ਸਲਾ ਸੀਨ ਕਿਤੇ ਮੈਂ ਕੀਤਾ ਹੁੰਦਾ ਨਾ ਮਜ਼ਾ ਆ ਜਾਂਦਾ ਪਰ ਮੈਂ ਐਸੇ ਤੇਜ਼ੀ ਕੀਤਾ ਨਹੀਂ 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 ਮੇਰੇ ਤਾਂ ਨਹੀਂ ਜੈਲਸੀ ਨੂੰ ਛੱਡੋ ਮੈਂ ਗਲਤ ਸ਼ਾਇਦ ਮੈਂ ਗਲਤ ਬੋਲ ਗਿਆ ਕਦੇ ਐਂ ਲੱਗ ਪੋਜ਼ਿਟਿਵ ਵੇਜ ਵੀ ਲੱਗ ਸਕਦਾ ਕਿ ਯਾਰ ਆਹ ਸੀਨ ਆ ਯਾਰ ਕਿਤੇ ਮੈਂ ਕੀਤਾ ਨਹੀਂ ਮੈਨੂੰ ਮੈਨੂੰ ਨਾ ਜਿਹੜੇ ਕੋਈ ਵੀ ਗੁਰਸਿੱਖ ਕਿਰਦਾਰ ਵਾਲੇ ਦਸਤਾਰ ਵਾਲੇ ਜਿਹੜੇ ਕਰੈਕਟਰ ਮੈਨੂੰ ਬਹੁਤ ਵਧੀਆ ਲੱਗਦੇ ਹੈਗੇ ਹਮੇਸ਼ਾ ਹੀ ਮੈਨੂੰ ਵਧੀਆ ਲੱਗਦਾ ਅਤੇ ਮੈਨੂੰ ਐਂ ਲੱਗਦਾ ਹੁੰਦਾ ਸੀ ਕਈ ਵਾਰੀ ਮੈਨੂੰ ਜਿਵੇਂ ਪਹਿਲਾਂ ਵੀ ਤੂੰ ਪੁੱਛਿਆ ਵੀ ਹਾਂ ਵੀ ਇਹ ਜੱਸ ਵਾਲਾ ਕਰੈਕਟਰ ਤੈਨੂੰ ਕਰਨਾ ਚਾਹੀਦਾ ਲੱਗਦਾ ਮੈਨੂੰ ਜ਼ਰੂਰ ਸੀ ਪਰ ਮੈਨੂੰ ਲੱਗਦਾ ਮੇਰੇ ਨਾਲ ਉਹਨੇ ਬਹੁਤ ਬੈਟਰ ਕੀਤਾ ਹੈਗਾ ਤੁਹਾਨੂੰ ਕੋਈ ਇਹੋ ਜਿਹੀ ਚੀਜ਼ ਲੱਗਦੀ ਯਾਰ ਫਲਾਨੀ ਚੀਜ਼ ਕੱਟੀ ਆਪਾਂ ਫਿਲਮ 'ਚੋਂ ਹਾਂ ਪਰ ਉਹ ਫਿਲਮ 'ਚ ਪਾਉਣੀ ਚਾਹੀਦੀ ਹੈ ਤੇਰੇ ਕਿ ਯਾਦ ਹੈ ਕਿ ਜੋ ਆਪਾਂ ਸੀਨ ਕਰਿਆ ਸੀਗਾ ਜਦੋਂ ਮੈਂ ਅਦਿਤੀ ਨੂੰ ਆ ਕੇ ਦੱਸਦਾ ਹੈਗਾ ਹਾਂ ਤੁਸੀਂ ਹਾਂ ਕਹਿੰਦੇ ਅਤੇ ਆਪਾਂ ਇੱਕ ਜਿੱਥੇ ਖੰਡਰ ਜਿਹੇ ਬਣੇ ਸੀ ਉੱਥੇ ਆਪਾਂ ਸ਼ੂਟ ਕੀਤਾ ਸੀਗਾ ਅਤੇ ਉੱਥੇ ਜਿਹੜਾ ਡਾਇਲੋਗ ਸੀਗਾ ਜਦੋਂ ਮੈਂ ਉਹ ਡਾਇਲੋਗ ਬੋਲਿਆ ਸੀ ਅਤੇ ਰੇ ਤੈਨੂੰ ਪਤਾ ਮੈਂ ਜਿੰਨੇ ਸੀਨ ਕੀਤੇ ਮੈਂ ਕੋਈ ਅੱਖ ਦੇ ਵਿੱਚ ਉਹ ਤਾਂ ਪਾਇਆ ਨਹੀਂ ਗਲਿਸਨਿੰਗ ਤਾਂ ਪਾਈ ਨਹੀਂ ਜਿੰਨਾ ਮੈਂ ਰੋਇਆ ਫਿਲਮ ਦੇ ਵਿੱਚ ਓਰੀਜਨਲੀ ਰੋਇਆ ਆਲਮੋਸਟ ਸਾਰੇ ਇੱਦਾਂ ਹੀ ਕੀਤਾ ਹੈ ਨਾ ਅਤੇ ਉਹ ਸੀਨ ਕਰਕੇ ਜਦੋਂ ਆਪਣੇ ਡੀ ਓ ਪੀ ਤੋਂ ਲੈ ਕੇ ਸਾਰੇ ਜਿੰਨੇ ਬੈਕਣ 'ਤੇ ਸਾਰੇ ਰੋਣ ਲੱਗ ਗਏ ਸੀ ਆਪਣੇ ਡੀ ਓ ਪੀ ਸਾਹਿਬ ਕਹਿੰਦੇ ਮੇਰੇ ਨਾਲ ਇੱਦਾਂ ਕਹਾਣੀ ਸੀ ਪਰ ਮੈਨੂੰ ਲੱਗਦਾ ਵੀ ਮੈਂ ਉਹ ਜਿਹੜਾ ਸੀਨ ਹੈ ਇਕੱਲੇ ਨੂੰ ਕਿਉਂਕਿ ਫਿਲਮ ਦੇ ਨਾਲ ਥੋੜ੍ਹਾ ਲੈਂਥੀ ਵੀ ਹੁੰਦਾ ਸੀਗਾ ਉਹ ਕਿਉਂਕਿ ਗੱਲ ਉਸ ਰਿਪੀਟ ਹੁੰਦੀ ਸੀ ਮੈਨੂੰ ਲੱਗਦਾ ਵੀ ਉਹ ਇਕੱਲੇ ਸੀਨ ਨੂੰ ਮੈਂ ਦੁਬਾਰੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਨੂੰ ਅਪਲੋਡ ਕਰਾਂ ਤੁਹਾਨੂੰ ਕਦੇ ਲੱਗਿਆ ਵੀ ਐਜ਼ ਅ ਰਾਈਟਰ ਮੈਂ ਥੋੜ੍ਹਾ ਧੱਕਾ ਕੀਤਾ ਵੀ ਉਹ ਕੁੜੀ ਨੇ ਮੈਂ ਆਪਦਾ ਸੀਨ ਪਾ ਕੇ ਵਿਆਹ ਕਰ ਲਿਆ ਧੱਕਾ ਇਹਦਾ ਇੰਨਾ ਕਿਤੇ ਤਾਂ ਰਾਈਟਰ ਲਿਖ ਹੀ ਲੈਂਦੇ ਹੁੰਦੇ ਆ ਹੈ ਨਾ ਦੇ ਆ ਕੇ ਜਿਹੜਾ ਵਿਆਹ ਵਾਲਾ ਸੀਨ ਆ ਵੀ ਜਿਹੜਾ ਖੁਸ਼ ਹੈ ਸਭ ਤੋਂ ਇਹ ਰਿਹਾ ਉਹ ਫਿਲਮ ਦੇ ਵਿੱਚ ਬਾਕੀ ਸਾਰੇ ਆਪਾਂ ਆਪਣੀ ਕਹਾਣੀ ਕਿਤੇ ਇਹ ਨਾ ਹੋਵੇ ਹੁਣ ਤੱਕ ਲੋਕ ਕਹਿੰਦੇ ਵੀ ਸਿੰਗਰ ਐਕਟਰ ਬਣਦੇ ਯਾਰ ਸਿੰਗਰ ਐਕਟਰ ਬਣਦੇ ਤੁਸੀਂ ਕਹਿੰਦੇ ਵੀ ਯਾਰ ਰਾਈਟਰਾਂ ਨੇ ਚੰਗਾ ਕੰਮ ਫੜ ਲਿਆ ਨਹੀਂ ਤੂੰ ਤਾਂ ਪਹਿਲੀ ਐਕਟਰ ਸੀ ਰਾਈਟਰ ਬਾਅਦ 'ਚ ਚਲੋ ਸ਼ੁਕਰੀਆ ਕੋਈ ਹੋਰ ਤੁਸੀਂ ਪੁੱਛਣਾ ਤਾਂ ਮੇਰੇ ਤਾਂ ਖਤਮ ਹੋ ਗਈਆਂ ਗੱਲਾਂ ਅਤੇ ਮੈਂ ਤਾਂ ਬਸ ਇਹੀ ਪੁੱਛਣਾ ਹੁਣ ਜਿਹੜਾ ਆਪਣੀ ਚੱਲ ਜਾਂਦੀ ਹੈ 2 ਦੇ ਉੱਤੇ ਕਿੰਨਾ ਕੁ ਕੰਮ ਨਿਬੜਿਆ ਚੱਲ ਜਾਂਦੀ ਹੈ 2 ਦਾ ਇੰਨਾ ਕੰਮ ਨਿਬੜਿਆ ਵੀ ਤਿੰਨੇ ਟਰੈਕ ਮੈਂ ਹੁਣ ਤਾਂ ਉਹ ਤਾਂ ਕੀ ਸੁਣਾਵਾਂ ਅਤੇ ਉਹ ਤਿੰਨੇ ਟਰੈਕ ਕਲੀਅਰ ਨੇ ਪਰ ਅਗਲੀ ਵਾਰੀ ਬਹੁਤ ਨਵਾਂ ਬਹੁਤ ਫਰੈਸ਼ ਅਤੇ ਜਿੰਨੀਆਂ ਕੁ ਉਮੀਦਾਂ ਕਿਉਂਕਿ ਮੈਨੂੰ ਇਹ ਪਤਾ ਜਿਹੜੇ ਬੰਦਿਆਂ ਨੇ ਚੱਲ ਜਾਂਦੀ ਹੈ ਦੇਖੀ ਉਹ ਤਾਂ ਚੱਲ ਜਾਂਦੀ ਹੈ 2 100% ਦੇਖਣ ਆਉਣਗੇ ਜਿਨ੍ਹਾਂ ਨੇ ਚੱਲ ਜਾਂਦੀ ਹੈ ਪਹਿਲੀ ਸਿਨੇਮੇ 'ਚ ਨਹੀਂ ਦੇਖੀ ਉਹ ਵੀ ਆਉਣਗੇ ਕਿਉਂਕਿ ਚੁਪਾਲ 'ਤੇ ਦੇਖ ਲੈਣੀ ਬਿਲਕੁਲ ਤਾਂ ਸਾਡੇ ਕੰਮ ਵੀ ਔਖੇ ਹੋਏ ਆ ਉਹਨਾਂ ਦੀਆਂ ਉਮੀਦਾਂ ਵੀ ਵਧੀਆ ਨੇ ਅਤੇ ਉਹਦੇ 'ਚ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਕਿ ਇਸ ਵਾਰੀ ਜੋ ਤੁਸੀਂ ਦੇਖਣਾ ਉਹ ਅਸੀਂ ਸ਼ਾਇਦ ਪਹਿਲਾਂ ਬਣਾਉਣਾ ਸੀ ਪਰ ਹੌਸਲਾ ਸਾਡਾ ਚੱਲ ਜਾਂਦੀ ਹੈ ਪਹਿਲੀ ਜਿਹੜੀ ਕਿ ਚੱਲ ਜਾਂਦੀ ਹੈ ਪਹਿਲੀ ਆ ਉਹ ਬਣਾਈ ਉਹਦਾ ਰਿਸਪੋਂਸ ਦੇ ਕੇ ਹੁਣ ਸਾਡਾ ਥੋੜ੍ਹਾ ਜਿਹਾ ਜੇਰਾ ਪਿਆ ਕਿ ਅਸੀਂ 2 ਬਣਾਈਏ ਅਤੇ 2 ਬਣਾਵਾਂਗੇ ਵੀ ਅਤੇ ਸ਼ੋਰ ਹਾਂ ਮੈਂ ਇਸ ਗੱਲ ਲਈ ਕਿ ਤੁਹਾਨੂੂੰ 2 ਬਹੁਤ ਪਸੰਦ ਆਉਣੀ ਆ ਆਪਾਂ ਉਦੋਂ ਪਹਿਲਾਂ ਹੀ ਮਿਲਦੇ ਕੋਈ ਵਿਵਾਦਿਤ ਗੱਲ ਤਾਂ ਨਹੀਂ ਕਰੀ ਤਾਂ ਨਹੀਂ ਦੇਖ ਲਿਓ ਲੱਗੇ ਕੋਈ ਗੱਲ ਕੱਟ ਦਿਓ ਫਿਰ ਬਣ ਕੇ ਠੀਕ ਹੈ ਮੈਨੂੰ 100% ਇਹੀ ਲੱਗਦਾ ਹੁੰਦਾ ਵੀ ਆਪਾਂ ਜਿੱਥੇ ਦੋਨੇ ਬਹਿ ਗਏ ਆਪਣੇ ਮੂੰਹ ਕੋਈ ਨਾ ਕੋਈ ਇਹੋ ਜਿਹੀ ਗੱਲ ਨਿਕਲ ਦੋਨੇ ਪੌਂਕੇ ਆ ਜਿਹੜੀ ਕੋਈ ਨਾ ਕਿਤੇ ਕੋਈ ਨਾ ਕੋਈ ਫਸਾਊਗੀ ਆਪਾਂ ਮੈਨੂੰ ਤਾਂ ਕੈਮਰੇ ਬੰਦ ਹੋ ਚਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਬੰਦ ਨਹੀਂ ਕੀਤਾ ਜਾਂਦਾ ਵਧੀਆ ਵਧੀਆ ਹੀ ਰਹਿਣਾ ਚਾਹੀਦਾ